ਸਸਿਕਾਲ ਸਲਾਮ ਨਮਸਤੇ ਦੋਸਤੋ ਅਸੀਂ ਰਾਜੀ ਖੁਸ਼ ਆ ਆਪ ਵੀ ਰਾਜੀ ਖੁਸ਼ ਹੋਵੋਗੇ ਅੱਜ ਨਾਲੇ ਦੋਸਤੋ ਸਾਰਿਆਂ ਨੂੰ ਹੈਪੀ ਕ੍ਰਿਸਮਸ ਈਵ ਯੈਸ ਤੇ ਅਸੀਂ ਵੀ ਅੱਜ ਆਪਣੇ ਘਰ ਟਾਈਮ ਨਾਲ ਹੀ ਆ ਗਏ ਆ ਮੇਰੀ ਜਾਨ ਨੂੰ ਤੇ ਛੁੱਟੀ ਸੀ ਤੇ ਮੈਂ ਵੀ ਕੰਮ ਤੋਂ ਦੁਪਹਿਰੇ ਆ ਗਿਆ ਸੀਗਾ ਤੇ ਪਹਿਲਾਂ ਅਸੀਂ ਜਾ ਕੇ ਮੇਰੀ ਜਾਨ ਨੇ ਕਾਲ ਕਰ ਦਿੱਤੀ ਤੁਸੀਂ ਕਿੱਥੇ ਗੋ ਮਾਝੇ ਦੀ ਬੋਲੀ ਕਹਿੰਦੀ ਕੁਛ ਖਾਣਾ ਖੁਣਾ ਖਾ ਲਈਏ ਤੇ ਮੈਂ ਨੇਲ ਕਰਾ ਰਹੀ ਆ ਤੇ ਉਤੋਂ ਆਪਾਂ ਲੰਚ ਕਰਦੇ ਆ ਮੈਂ ਕਿਹਾ ਚਲੋ ਠੀਕ ਆ ਮੇਰੀ ਜਾਨੂ ਨੂੰ ਇਹ ਬੜਾ ਸ਼ੌਂਕ ਆ ਮਤਲਬ ਕੱਪੜੇ ਪਾਉਣ ਦਾ ਆਪਣੇ ਆਪ ਨੂੰ ਸੱਜਣ ਦਾ ਸਵਾਰਨ ਦਾ ਬਹੁਤ ਇੱਦਾਂ ਹੋਣਾ ਚਾਹੀਦਾ ਹਰ ਇੱਕ ਔਰਤ ਨੂੰ ਹੋਣਾ ਚਾਹੀਦਾ ਕਿਉਂਕਿ ਔਰਤਾਂ ਸੋਹਣੀਆਂ ਲੱਗਦੀਆਂ ਅਤੇ ਮੈਨੂੰ ਬੜਾ ਵਧੀਆ ਲੱਗਾ ਅਤੇ ਮੈਨੂੰ ਵੀ ਭੁੱਖ ਲੱਗੀ ਸੀ ਮੈਂ ਕਿਹਾ ਜਾਨੂੰ ਅੱਧ ਹੋ ਗਈ ਤੂੰ ਤਾਂ ਮੇਰੇ ਦਿਲ ਦੀ ਗੱਲ ਬੁੱਝ ਲਈ ਅਤੇ ਕਹਿੰਦੀ ਕਿ ਕੀ ਖਾਣਾ ਚਾਹੁੰਦੇ ਹੋ ਤੁਸੀਂ ਮੈਂ ਕਿਹਾ ਜੋ ਤੁਸੀਂ ਅੱਜ ਖਿਲਾ ਦਿਉ ਅਤੇ ਜਾਨ ਉੱਥੇ ਫਿਰ ਔਡਰ ਕਰਕੇ ਕਹਿੰਦੀ ਮੈਂ ਔਡਰ ਕਰਦੀ ਤਾਂ ਤੁਸੀਂ ਆ ਜਾਓ ਇੱਥੇ ਵਾਕਿੰਗ ਡਿਸਟੈਂਸ 'ਤੇ ਹੀ ਸਾਡੇ ਰੈਸਟੋਰੈਂਟ ਆ ਥਾਈ ਕਜ਼ੀਨ ਅਤੇ ਇਹਨਾਂ ਨੇ ਉੱਥੇ ਔਡਰ ਕੀਤਾ ਵੇ ਅਸੀਂ ਲੰਚ ਕੀਤਾ ਦੋਨਾਂ ਨੇ ਇੰਜੋਏ ਕੀਤਾ ਬੜਾ ਵਧੀਆ ਬਹਿ ਕੇ ਖਾਣਾ ਪੀਣਾ ਖਾਧਾ ਅਤੇ ਉਹ ਤੋਂ ਬਾਅਦ ਫਿਰ ਇਹਨਾਂ ਦਾ ਹਾਲੇ ਰਹਿੰਦਾ ਸੀ ਕੋਈ ਬਿਊਟੀ ਦਾ ਕੰਮ ਅਤੇ ਇਹਨਾਂ ਨੇ ਉੱਥੇ ਫਿਰ ਜਾਣਾ ਸੀਗਾ ਮੈਂ ਜਾ ਕੇ ਹੁਣ ਟਾਇਰਡ ਆ ਮੈਂ ਸੌਣਾ ਜਾ ਕੇ ਮੈਂ ਆ ਕੇ ਤਾਂ ਬੈਡ ਰੈਸਟ ਕੀਤੀ ਉਸ ਤੋਂ ਬਾਅਦ ਮੇਰੀ ਜਾਨ ਜਦੋਂ ਆ ਗਈ ਤੇ ਹੌਲੀ ਹੌਲੀ ਇੱਧਰ ਉੱਧਰ ਗੇੜੇ ਮਾਰੀ ਜਾਣ ਵੀ ਮੈਨੂੰ ਠਾਲਣ ਦਾ ਬਹਾਨਾ ਜਿਹਾ ਮੈਂ ਫਿਰ ਹਾਰ ਕੇ ਉੱਠੀ ਪਿਆ ਫਿਰ ਮੈਂ ਕਿਹਾ ਚਲੋ ਜਾਨ ਅੱਜ ਮੇਰੀ ਬੜੇ ਪਿਆਰ ਨਾਲ ਕਹਿ ਰਹੀ ਆ ਕਿ ਆਪਾਂ ਘਰ ਆ ਕਿ ਆਪਾਂ ਕਿਸੇ ਧੁੱਪ ਕਰੀਏ ਕਿਸੇ ਖਾਣਾ ਬਾਣਾ ਬਣਾਈਏ ਤਾਂ ਮਜ਼ੇ ਦੀ ਗੱਲ ਦੋਸਤੋ ਆਪਣੇ ਆਪਣੇ ਜੀਵਨ ਸਾਥੀ ਨੂੰ ਪਤਾ ਹੀ ਹੁੰਦਾ ਵੀ ਇਹਨਾਂ ਨੂੰ ਕੀ ਲੋੜ ਆ ਤਾਂ ਮੈਂ ਅੱਜ ਦੇਖਦਾ ਸੀ ਕਿ ਮੇਰਾ ਜਿਹੜਾ ਦਾਰੂ ਮੈਂ ਕਿਤੇ ਇੱਕ ਅੱਧਾ ਪਿੰਗ ਲਾਉਣਾ ਹੁੰਦਾ ਅਤੇ ਉਹ ਮੇਰਾ ਮੁੱਕਾ ਹੋਇਆ ਸੀ ਅਤੇ ਮੇਰੀ ਜਾਨ ਨੇ ਪਹਿਲਾਂ ਹੀ ਔਡਰ ਕੀਤਾ ਤਾਂ ਮੈਂ ਕਮਾਲ ਹੋ ਗਈ ਅਤੇ ਮੈਨੂੰ ਕਹਿੰਦੀ ਤੈਨੂੰ ਪਤਾ ਮੈਂ ਤੁਹਾਡੇ ਲਈ ਕੀ ਔਡਰ ਕੀਤਾ ਮੈਂ ਕਿਹਾ ਮੇਰੀ ਤਾਂ ਦਾਰੂ ਮੁੱਕੀ ਹੋਈ ਆ ਕਹਿੰਦੀ ਮੈਨੂੰ ਪਤਾ ਨਹੀਂ ਮੈਂ ਔਡਰ ਕਰ ਦਿੱਤੀ ਆ ਤਾਂ ਮੈਂ ਬੜਾ ਖੁਸ਼ ਹੋਇਆ ਮੇਰੀ ਜਾਨ ਦਾ ਮੈਂ ਕਿਹੜੇ ਲਫ਼ਜ਼ਾਂ ਨਾਲ ਥੈਂਕ ਯੂ ਕਰਾਂ ਮੇਰੇ ਕੋਲ ਮੈਂ ਉਹ ਸਪੀਚਲੈਸ ਹੋ ਗਿਆ ਹੋਰ ਦੋਸਤੋ ਤੁਸੀਂ ਆਪਣਾ ਵੀ ਦੱਸੋ ਤੁਸੀਂ ਕੀ ਕਰ ਰਹੇ ਹੋ ਅੱਜ ਕ੍ਰਿਸਮਸ ਟ੍ਰੀ ਰੌਕ ਪਿਲਰ ਦੇਖਣ ਜਾ ਰਹੇ ਹੋ ਜਾਂ ਤੁਸੀਂ ਘਰ ਵਿੱਚ ਕੋਈ ਮੈਨੇਜਮੈਂਟ ਕੀਤੀ ਆ ਜਾਂ ਕੋਈ ਬਾਹਰ ਰੈਸਟੋਰੈਂਟ ਤੇ ਬੁੱਕ ਕੀਤਾ ਹੋਇਆ ਕੁਛ ਤੇ ਹਰ ਇੱਕ ਦਾ ਵੱਖਰਾ ਵੱਖਰਾ ਇੰਜੋਇਮੈਂਟ ਆਪਣਾ ਆਪਣਾ ਅਸੀਂ ਹੈਗੇ ਆ ਦੋ ਜਾਣੇ ਅਸੀਂ ਮੈਂ ਗਿਫਟ ਕੀਤਾ ਜਾਨੂ ਨੂੰ ਅੱਜ ਮੈਂ ਗਿਫਟ ਕਰੀ ਜਾਂਦੀ ਸਭ ਇਹ ਸਾਰੇ ਬੰਦੇ ਮੈਂ ਹੀ ਗਿਫਟ ਕਰੀ ਜਾਂਦੀ ਹਾਂ ਇੱਦਾਂ ਕਿ ਮੈਂ ਸ਼ਿਵਾ ਰਿਗਾਲ ਔਡਰ ਕੀਤੀ ਜਾਂਦੀ ਹਨਾ ਬਿਲਕੁਲ ਫਿਰ ਮੈਂ ਜਾਨੂ ਨੂੰ 20 ਸਾਲ ਬਾਅਦ ਮੈਂ ਚਿਕਨ ਨੂੰ ਹੱਥ ਲਾਇਆ
ਮੈਂ ਕਿਹਾ ਜਾਨੂੰ ਇਹ ਨਾ ਕਹੇ ਕਿੰਨਾ ਲੋਨਲੀ ਆ, ਕ੍ਰਿਸਮਸ ਈਵ ਆ, ਮੈਂ ਉੱਥੇ ਹੁੰਦਾ, ਮੈਂ ਉੱਥੇ ਹੁੰਦਾ, ਉੱਥੇ ਹੁੰਦਾ। ਤੇ ਮੈਂ ਉਹ ਜਾਨੂੰ ਇਹ ਵੀ ਆਪਣੇ ਦੋਸਤਾਂ ਨੂੰ ਦੱਸਣ ਵਾਲੀ ਗੱਲ ਬੜੀ ਇੰਟਰਸਟਿੰਗ ਆ ਕਿ ਵਾਕਿਆ 20 ਸਾਲ ਹੋ ਗਏ ਆ ਕਿ ਮੇਰੀ ਜਾਨ ਤੇ ਬਹੁਤ ਸਟ੍ਰਿਕਟ ਆ ਕਿ ਮੀਟ ਨੂੰ ਹੱਥ ਨਹੀਂ ਲਾਉਂਦੇ। ਤੇ ਦੋਸਤੋ ਆਪਾਂ ਵੀ ਇੱਦਾਂ ਦੇ ਸਟ੍ਰਿਕਟ ਆ ਕਿ ਜੇ ਕੋਈ ਨਹੀਂ ਲਾਉਂਦਾ ਤੇ ਮੇਰਾ ਮਨ ਨਹੀਂ ਕਰਦਾ ਕਿ ਉਹ ਕਿਸੇ ਗੱਲੋਂ ਹਟ ਹੋਵੇ। ਮੈਂ ਮੀਟ ਖਾਣਾ ਪਰ ਮੇਰੇ ਮੀਟ ਵਾਲੇ ਭਾਂਡੇ ਵੀ ਨਹੀਂ ਧੋਣੇ ਤੁਸੀਂ, ਇੱਥੋਂ ਤੱਕ ਮੈਂ ਸਟ੍ਰਿਕਟ ਹੈਗਾ। ਤੇ ਦੂਜੀ ਗੱਲ ਇਹ ਆ ਕਿ ਹਾਂ ਜੇ ਇਹਨਾਂ ਦੀ ਖੁਸ਼ੀ ਨਾਲ ਖੁਸ਼ੀ ਚ ਖੁਸ਼ੀ ਨਾ ਕਰ ਰਹੀ ਹਾਂ, ਪਰ ਅੱਜ ਮੈਂ ਹੈਰਾਨ ਹੋ ਗਿਆ ਤੇ ਕਹਿੰਦੇ ਮੈਂ ਤੁਹਾਨੂੰ ਅੱਜ ਮੈਂ ਦੋਸਤੋ ਅੱਜ ਖੁਸ਼ੀ ਨਾਲ ਕਰ ਰਹੀ ਹਾਂ। ਮੈਂ ਕਿਹਾ ਕਿ 1 ਸਾਲ ਬਾਅਦ ਮੈਂ ਸਾਰਿਆਂ ਦਾ ਥੈਂਕ ਯੂ ਕੀਤਾ ਕ੍ਰਿਸਮਸ ਈਵ 'ਤੇ, ਜਿਹਨਾਂ ਨੇ ਮੇਰੇ ਪਿਆਰੇ ਪਿਆਰੇ ਦੋਸਤਾਂ ਨੇ ਇੰਨੇ ਪਿਆਰੇ ਪਿਆਰੇ ਕਮੈਂਟਸ ਕੀਤੇ, ਇਹਨਾਂ ਮੇਰਾ ਦਿਲ ਲਾਇਆ, ਮੇਰੀ ਜ਼ਿੰਦਗੀ ਬਦਲ ਦਿੱਤੀ। ਦਰਅਸਲ ਮੇਰੀ ਜ਼ਿੰਦਗੀ ਬਦਲੀ ਗਈ ਹੈ ਨਾ, ਅਤੇ ਇੰਨਾ ਪਿਆਰ ਦਿੱਤਾ। ਮੈਂ ਉਹਨਾਂ ਸਾਰਿਆਂ ਦਾ ਥੈਂਕ ਯੂ ਕਰਦੀ, ਮੈਂ ਟਿਕਟੋਕ 'ਤੇ ਵੀ ਥੈਂਕ ਯੂ ਕੀਤਾ, ਇੱਥੇ ਵੀ ਕਰਦੀ, ਫਿਰ ਮੈਂ ਜਾਨੂ ਦਾ ਵੀ ਥੈਂਕ ਯੂ ਕਰਦੀ ਹਾਂ ਕਿ ਜਾਨੂ ਦਾ ਕੋਈ ਇੰਟਰਸਟ ਨਹੀਂ ਯੂਟਿਊਬਰ 'ਤੇ, ਜਾਨੂ ਦਾ ਕੋਈ ਇੰਟਰਸਟ ਨਹੀਂ ਟਿਕਟੋਕ 'ਤੇ, ਜਾਨੂ ਦਾ ਕੋਈ ਇੰਟਰਸਟ ਨਹੀਂ ਹੈਗਾ। ਪਰ ਜਦ ਜਾਨੂ ਆ ਲੈ ਕੇ ਸਹੀ ਗੱਲ ਆ, ਮੂੰਹ ਜਿਹਾ ਲੈ ਕੇ ਫਿਰ ਆਉਣ ਲੱਗ ਪਿਆ। ਸਹੀ ਗੱਲ ਆ ਕਿ ਮੇਰਾ ਕੋਈ ਇੰਟਰਸਟ ਨਹੀਂ, ਪਰ ਜਾਨੂ ਮੇਰੇ ਹਾਂ ਇਹਨਾਂ ਦੀ ਸਪੋਰਟ ਕੀਤੀ ਆ, ਕਿਉਂਕਿ ਜੇ ਮੇਰੀ ਜਾਨ ਖੁਸ਼ ਆ ਤਾਂ ਮੈਂ ਵੀ ਖੁਸ਼ ਹਾਂ। ਮੈਂ ਕਦੀ ਵੀ ਇਹਨਾਂ ਨੂੰ ਕਿਸੇ ਗਲਤੀ ਤੋਂ ਰੋਕਦਾ ਨਹੀਂ। ਹਾਂ ਜੇ ਕੋਈ ਉੱਦਾਂ ਵੀ ਕੋਈ ਗਲਤ ਆ ਤਾਂ ਮੈਂ ਬੜੇ ਪਿਆਰ ਨਾਲ ਦੱਸਦਾ ਹੁੰਦਾ ਵੀ ਨਹੀਂ ਇੱਥੇ ਆਪਾਂ ਗਲਤ ਹੈਗੇ ਹਾਂ। ਅਤੇ ਫਿਰ ਮੈਂ ਜਾਨੂ ਨੂੰ ਐਪਰੀਸ਼ੀਏਸ਼ਨ ਜਿਵੇਂ ਇੱਕ ਸਾਡਾ ਐਪਰੀਸ਼ੀਏਸ਼ਨ ਮਤਲਬ ਕਿ ਪੇਸ਼ ਕਰ ਰਹੀ ਹਾਂ ਕਿ ਬਈ ਦੋਸਤੋ ਇੱਕ ਇਹ ਆ ਕਿ ਹੁਣ 3 ਦਿਨ ਆਪਾਂ ਨੂੰ ਛੁੱਟੀਆਂ, ਲੌਂਗ ਵੀਕਐਂਡ ਆ, ਅਤੇ ਉਹਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਇੰਜੋਇਮੈਂਟ ਵੀ ਕਰਨਾ ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਵੀ ਕਰਨੀਆਂ, ਕਿਉਂਕਿ ਸਾਡੇ ਵੀਰ ਕਿਸਾਨ ਵੀ ਬੈਠੇ ਆ, ਉਹਨਾਂ ਦਾ ਵੀ ਦੁੱਖ ਦਰਦ ਆਪਾਂ ਵੰਡਣਾ ਅਤੇ ਉਹਨਾਂ 'ਚ ਵੀ ਆਪਾਂ ਸ਼ੇਅਰ ਕਰਨਾ ਅਤੇ ਮੈਂ ਦੋਸਤਾਂ ਦੇ ਵੀ ਹੌਸਲੇ ਬੁਲੰਦ ਕਰਨੇ ਆ, ਅਤੇ ਦੂਸਰਾ ਆਪਣੀ ਮੇਰੀ ਜਾਨ ਦੱਸੂਗੀ। ਹੁਣ ਮੈਂ ਦੱਸਣ ਲੱਗੀ ਹਾਂ ਕਿ ਮੈਂ ਚਿਕਨ ਬਰੋਇਲ ਕਰਨਾ ਓਵਨ 'ਚ ਰੱਖ ਦਿੱਤਾ, ਮੈਂ 20 ਸਾਲਾਂ ਬਾਅਦ ਬਣਾਉਣ ਲੱਗੀ ਹਾਂ ਇਹ ਜਾਨੂ ਨੂੰ। ਜਾਨੂ ਨੂੰ ਯਾਦ ਨੀ ਰਹਿੰਦਾ ਕਿ ਮੈਂ ਕਦੀ ਕੁੱਕ ਕੀਤਾ ਸੀ, ਤੇ ਮੈਂ ਕਿਹਾ ਦੂਜੀ ਜਨਾਨੀ ਆਈ ਤੇ ਜਾਨੂ ਨੇ ਕਹਿਣਾ ਹਾਂ ਹੈਗੀ ਸੀ, ਹਰ ਟਾਈਮ ਕੈਮਰੇ ਦੇ ਅੱਗੇ ਬੈਠੀ ਰਹਿੰਦੀ ਸੀ, ਕੁੱਕ ਕਦੀ ਨਹੀਂ ਕਰਦੀ। ਚਲੋ ਦੋਸਤੋ ਫੂਕ ਨਿਕਲ ਗਈ, ਹਜੇ ਮੈਂ ਕਹਿੰਦੀ ਮੇਰਾ ਹਾਰਟ ਪੇਨ ਹੋਣ ਡਿਆ, ਫਿਰ ਮੈਂ ਕਹਿੰਦੀ ਰੁਕ ਜਾਓ ਅਜੇ ਨੀ ਮੈਂ ਜਾਣਾ, ਅਜੇ ਮੈਂ ਯੂਟਿਊਬ ਤੇ ਹੋਰ ਵੀਡੀਓ ਬਣਾਉਣੇ ਆ, ਮੈਂ ਰੁਕ ਜਾਂਦੀ ਆ, ਨਹੀਂ ਤੇ ਜਾਨ ਤੇ ਅੱਜ ਨਿਕਲ ਜੇ। ਪਰਮਾਤਮਾ ਦਾ ਆਸ਼ੀਰਵਾਦ ਆ, ਇਹ ਮੇਰੀ ਜਾਨ ਕਿਤੇ ਨਹੀਂ ਜਾਂਦੀ। ਹਾਂ ਨਹੀਂ ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਮੈਂ ਚੱਲੀ ਮੈਂ ਨਹੀਂ ਜਾਣਾ, ਪਰ ਮੇਰਾ ਜਾਨੂ ਨੂੰ ਤੇ ਪਤਾ ਨਹੀਂ ਆ ਸੰਸਕਾਰ ਕਿਵੇਂ ਕਰਨਾ ਵਾ। ਇਹਨੂੰ ਮੈਨੂੰ ਪਰਮਾਤਮਾ ਨੇ ਮੈਨੂੰ ਥੋੜੀ ਜੀ ਕੁਛ ਮਤਲਬ ਗਿਫਟ ਦਿੱਤੇ ਆ ਜਿਹਦੇ ਨਾਲ ਕਿ ਮੈਂ ਇਹਨੂੰ ਘੋੜੇ ਵਰਗੀ ਵੀ ਬਣਾ ਦਿੰਦਾ, ਏਦਾਂ ਨਹੀਂ ਕੋਈ ਗੱਲ ਹੈਗੀ। ਥੋੜਾ ਬੜਾ ਏਦਾਂ ਆ ਦੋਸਤੋ, ਜਦੋਂ ਥੋੜਾ ਬੰਦਾ ਬਿਮਾਰ ਹੁੰਦਾ ਘਬਰਾ ਤੇ ਜਾਂਦਾ ਹੈ, ਇਹ ਕੋਈ ਸ਼ੱਕ ਨਹੀਂ ਮੈਂ ਘਬਰਾ ਜਾਂਦਾ। ਪਰ ਹਾਂ ਆਪਾਂ ਦੋਸਤੋ ਜੋ ਮੈਂ ਸਵੇਰੇ ਹੁੰਦੀ ਤੇ ਮੈਨੂੰ ਇੱਦਾਂ ਲੱਗਦਾ ਮੈਂ ਜਾਨ ਨਿਕਲ ਆਉਂਦੀ, ਤੇ ਮੈਂ ਬਾਬਾ ਜੀ ਨੂੰ ਕਹਿੰਦੀ ਉਹ ਰੁਕ ਜਾਓ ਕੁਛ, ਕਿ ਇਹਨੂੰ ਤਾਂ ਪਤਾ ਨਹੀਂ ਮੇਰੇ ਜਾਨੂ ਮੇਰੀ ਲਾਸ਼ੀ ਨਾਲ ਰੋਂਦੀ ਰਵੇ। ਨਾ ਰੁੱਸਿਆ ਕਰ ਮੇਰੀ ਇਹ ਜਾਨੇ, ਤੇਰੀ ਜਾਨ ਤੇ ਵਿੱਚ ਮੇਰੀ ਜਾਨ ਵਸਦੀ ਆ। ਸਹੀ ਗੱਲ ਹੈ। ਤੇ ਮੈਂ ਦੋਸਤਾਂ ਨੂੰ ਦੱਸਣ ਲੱਗੀ ਹਾਂ ਅੱਜ ਮੈਂ ਸੂਪ ਬਣਾਉਣ ਲੱਗੀ ਹਾਂ, ਕਿੰਨੇ ਚਿਰਾਂ ਬਾਅਦ। ਆਲੂ ਆ, ਗਾਜਰ ਆ, ਬੀਟਰੂਟਸ ਆ, ਕੀ ਆ ਇਹਨਾਂ ਥੋੜ੍ਹਾ ਉਹਦਾ ਕਲਰ ਹੋ ਜੂਗਾ। ਹੋ ਜਾਣੂ ਮੈਨੂੰ ਟਮਾਟਰ, ਐਕਚੁਲੀ ਟਮਾਟਰ ਜੂਸ ਸੂਪ ਦਾ ਨਾਂ ਹੈਗਾ ਸੀ, ਟਮਾਟਰ ਸੂਪ ਟਮਾਟਰ ਕੱਢੇ ਹੋ ਭਾਈ, ਚੇਤਾ ਹੀ ਭੁੱਲ ਗਿਆ, ਉਹ ਗੱਲਾਂ ਕਰਦੇ ਮੈਨੂੰ ਚੇਤਾ ਆ। ਅੱਛਾ ਇਹ ਪਿਆਜ਼ ਆ, ਇਹ ਅਦਰਕ ਆ, ਲਸਣ ਆ, ਹਰ ਚੀਜ਼ ਮੈਂ ਕਰ ਦਿੱਤੀ ਆ, ਅਤੇ ਹੁਣ ਮੈਂ ਉਹਦੇ ਵਿੱਚ ਫਿਰ ਕਰੂੰਗੀ। ਅਤੇ ਮੈਂ ਆਪਣੇ ਵੱਲੋਂ ਚੇਤਾ ਹੀ ਭੁੱਲ ਗਿਆ, ਇਸ ਸੂਪ ਦਾ ਨਾਂ ਹੈਗਾ ਸੀ ਟਮਾਟਰ ਸੂਪ, ਤੁਸੀਂ ਹੱਸਦਿਆਂ ਨੇ ਦਿਲ ਮੰਗਿਆ ਤੇ ਸਾਰਾ
ਸਾਰੀ ਜਾਨ ਇਹੀ ਵੱਲ ਲੈਂਦੇ ਰਹੇ ਹਾਂ, ਸਾਰਾ ਪਿੰਜਰ ਹੀ ਵੱਲ ਲੈਂਦੇ ਰਹੇ ਮੁਰੱਬਿਆਂ ਦੇ ਰੱਖ ਮੁਣ ਕੀ ਮੈਨੂੰ ਦਿਨ ਤਿੰਨ ਕਰੋ ਕੁੜੀਏ ਜੋ ਮਰਜ਼ੀ ਲੈ ਲਓ ਅੱਗੋਂ ਵੀ ਹੱਸਦਿਆਂ ਨੇ ਦਿਲ ਮੰਗਿਆ ਤੇ ਸਾਰਾ ਬਾਗ ਹੀ ਵਾਲੇ ਤੇਰੇ। ਚਲੋ ਇਹ ਦੋਸਤੋ ਖੁਸ਼ੀ ਵਿੱਚ ਖੁਸ਼ੀ ਗਮੀ ਵਿੱਚ ਗਮੀ ਇੱਦਾਂ ਹੀ ਜ਼ਿੰਦਗੀ ਆਨ ਆਫ ਰਹਿੰਦੀ ਆ ਅਤੇ ਪਰ ਹਾਂ ਜਿੰਨਾ ਚਿਰ ਵਕਤ ਮਿਲਦਾ ਭਾਵੇਂ ਅੱਧਾ ਸੈਕਿੰਡ ਹੀ ਮਿਲਦਾ ਉਹ 'ਚ ਖੁਸ਼ ਰਹੋ ਆਨੰਦ ਮਾਣੋ ਕੀ ਕਹਿੰਦੇ ਹੁੰਦੇ ਆ ਹੱਸੋ ਖੇਡੋ ਮੌਜਾਂ ਕਰੋ ਹੋਰ ਜਾਨੀ ਮੇਰੇ ਲਾਈ ਕੋਈ ਸੇਵਾ ਕੁਛ ਨੀ ਜਾਨੂ ਤੇ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣਾ ਅੱਜ ਮੈਂ ਫ੍ਰੀ ਹਾਂ ਤੇ ਮੈਂ ਆਪਾਂ ਤਾਂ ਖਾਵਾਂਗੇ ਅੱਜ ਹਾਂਜੀ ਤੇ ਆਪਣੇ ਚਿਕਨ ਚ ਕਰਸ਼ੀ ਮਾਰ ਸਕਦੇ ਹੋ ਅੱਜ ਤੇ ਚਲੋ ਠੀਕ ਆ ਜੀ ਵਾਰੀ ਆ ਓਕੇ ਓਕੇ ਤੇ ਉਹ ਪਾ ਲਓ ਸੇਫਟੀ ਲਈ ਬਹੁਤ ਜ਼ਿਆਦਾ ਬਣ ਜਾਂਦਾ ਤੇ ਦੋ ਪਲੇਟਾਂ ਹੀ ਖਾ ਕੇ ਮੈਂ ਇੱਕ ਜਾਨੂੰ ਖਾ ਕੇ ਦੂਜਾ ਫਿਰ ਹਮੇਸ਼ਾ ਸੋਗੀ ਹਮੇਸ਼ਾ ਸੋਗੀ ਹੁਣ ਜਾਨੂੰ ਕਹਿੰਦਾ ਤੂੰ ਥੋੜੀ ਚੀਜ਼ਾਂ ਕੱਟ ਲਿਆ ਕਰ ਹੁਣ ਚਲੋ ਮੈਂ ਅੱਜ ਥੋੜੀਆਂ ਕੱਟੀਆਂ ਜੇ ਥੋੜੀਆਂ ਕੱਟੀਆਂ ਚੀਜ਼ਾਂ ਥੋੜੀਆਂ ਕੱਟਦੇ ਕੱਟਦੇ ਵੀ ਤੇ ਇੰਨੀਆਂ ਹੋ ਜਾਂਦੀਆਂ ਨਾ ਮੇਰੀ ਮਤਲਬ ਕਿ ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਕਿੱਦਾਂ ਕਰਾਂ ਮੇਰੀ ਸਮਝ ਤੋਂ ਬਿਲਕੁਲ ਬਾਹਰ ਹੈਗੀ ਇਹ ਗੱਲ ਵੀ ਜਿਵੇਂ ਹੁਣ ਜਾਨੂੰ ਕਹਿੰਦਾ ਮੈਂ ਕਿਹਾ ਦੋ ਹਰ ਵਾਰੀ ਦੋ ਕੋਲੀਆਂ ਖਾ ਕੇ ਕੌਣ ਖਾਣਾ ਚਾਹੁੰਦਾ ਫਿਰ ਉਹਨੂੰ ਦੁਬਾਰਾ ਸੂਟ ਨੂੰ ਹੈ ਨਾ ਉਹ ਤਾਂ ਚੰਗਾ ਲੱਗਦਾ ਤਾਜ਼ਾ ਤਾਜ਼ਾ ਅਤੇ ਮੈਂ ਸੁੱਟਣਾ ਪੈਂਦਾ ਅਤੇ ਫਿਰ ਮੈਂ ਕਿਹਾ ਅੱਜ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮਤਲਬ ਕਿ ਥੋੜ੍ਹਾ ਬਣਾਵਾਂ ਕਿ ਇੰਨੇ 'ਚ ਥੋੜ੍ਹਾ ਜੇ ਹੁਣ ਮੈਂ ਇੱਧਰਲੇ ਬੰਨੇ ਰੱਖਣ ਲੱਗੀ ਜੇ ਇਹਦੇ 'ਚ ਪਾ ਦਿੰਦੀ ਹਾਂ ਹੈ ਨਾ ਅਤੇ ਆਪੇ ਹੁੰਦਾ ਰਹੂਗਾ ਉਹਨੇ ਜੇ ਮੈਂ ਜਾਨੂੰ ਦੇ ਉਹ ਕਰ ਦੂੰਗੀ ਸੂਪ ਵਾਲਾ ਵੀ ਹੈਗਾ ਇਹਦੇ ਵਿੱਚ ਸਾਰਾ ਕੁਝ ਮੈਂ ਇੱਦਾਂ ਹੀ ਪਾ ਦੇਣਾ ਵਾ ਅਤੇ ਮੈਂ ਵੇਖਾਂ ਵੀ ਤੁਹਾਨੂੰ ਦਿਖਾ ਦਾਂ ਕਿ ਕਿੱਥੇ ਗਿਆ ਮੇਰਾ ਸਟੋਵ ਹਾਂਜੀ ਮੈਂ 'ਚ ਪਾ ਦਿੰਦੀ ਹਾਂ ਥੋੜ੍ਹਾ ਪਾਣੀ ਪਾ ਦਿੰਦੀ ਹਾਂ ਥੋੜਾ ਲੂਣ ਪਾ ਦਾਂ ਜਾਨੂੰ ਪਿਆਜ਼ ਬਹੁਤ ਜ਼ਿਆਦਾ ਕੱਟ ਲਈ ਮੈਂ ਤੁਹਾਨੂੰ ਨਹੀਂ ਉਹ ਕੱਟੇ ਹੋਏ ਆ ਫਿਰ ਜੋ ਕੱਟੇ ਹੋਣ ਤੇ ਸਹੀ ਨਹੀਂ ਰਹਿੰਦੇ ਉਹ ਅੱਛਾ ਜੀ ਦੋਸਤੋ ਮੈਂ ਥੋੜ੍ਹੀ ਜਦੋਂ ਬਣ ਜੂਗਾ ਤਾਂ ਫਿਰ ਮੈਂ ਤੁਹਾਨੂੰ ਦਿਖਾ ਦੂੰਗੀ ਥੋੜ੍ਹਾ ਲੱਗਣ ਡਿਆ ਪਾਣੀ ਹੈ ਨਾ ਪਾਣੀ ਪਾ ਕੇ ਰੱਖਿਆ ਨਹੀਂ ਸੀ ਕਲਰ ਕੋਲਰ ਵੇਖੋ ਕਿਹੋ ਜਿਹਾ ਬਣਦਾ ਇੱਕ ਦਿਨ ਤੇ ਮੈਂ ਬਣਾਇਆ ਸੀ ਤੇ ਸੋਹਣਾ ਬਣਿਆ ਸੀ ਮੈਂ ਐਵੇਂ ਕਵਾਂ ਮੇਰਾ ਖੈਰ ਪਾਣੀ ਨਾ ਜ਼ਿਆਦਾ ਪਾਵਾਂ ਕਿਉਂਕਿ ਫਿਰ ਜ਼ਿਆਦਾ ਹੀ ਹੋ ਜਾਂਦਾ ਬਣੂੰਗਾ ਤੇ ਮੈਂ ਆਈ ਹੋਪ ਕਿ ਮੈਂ ਤੁਹਾਨੂੰ ਦਿਖਾ ਸਕਾਂ ਉੱਧਰ ਜਾਨੂੰ ਦਾ ਚਿਕਨ ਹੋ ਰਿਹਾ ਓਵਨ ਦੇ ਵਿੱਚ ਤੇ ਕਰ ਲੈਂਦੇ ਹਾਂ ਇੰਨਾ ਔਖਾ ਕੰਮ ਵੀ ਨਹੀਂ ਕਰਨਾ ਪਰ ਬੰਦਾ ਲੇਜੀ ਹੁੰਦਾ ਕਿ ਕੰਪਿਊਟਰ 'ਤੇ ਬੈਠਾ ਰਹਿੰਦਾ ਬਹੁਤ ਐਡਿਕਸ਼ਨ ਹੋ ਗਈ ਆ ਬੈਠਣ ਦੀ ਓਕੇ ਠੀਕ ਹੈ ਦੋਸਤੋ ਇਹਨੂੰ ਕਰਕੇ ਰੱਖ ਦਿੰਦੇ ਹਾਂ ਅਤੇ ਜੋ ਕੁਛ ਇਹਦੇ ਵਿੱਚ ਹੋ ਜੂਗੀ ਕੋਈ ਵੀ ਪੂਨਤਾ ਹੀ ਰਹਿ ਜੂਗੀ ਅਤੇ ਮੈਂ ਦੁਬਾਰਾ ਕਰ ਲੂੰਗੀ ਇਹਦੇ ਵਿੱਚ ਹੋਰ ਮੈਂ ਤੁਹਾਨੂੰ ਕੀ ਸੁਣਾਵਾਂ ਅੱਜ
ਹੁਣ ਮੈਂ ਚਿਕਨ ਵੇਖ ਲਾਂ ਹੈ ਨਾ। ਪਿਆਜ਼ ਨਾ ਬਹੁਤ ਜ਼ਿਆਦਾ ਕਰਦੇ ਸੀ ਅਤੇ ਪਿਆਜ਼ ਦੀ ਇਹ ਪ੍ਰੋਬਲਮ ਹੁੰਦੀ ਕਿ ਕਦੀ ਵੀ ਨਹੀਂ ਇਹਨਾਂ ਨੂੰ ਨਾ ਅਸਲੀ ਅਕਲ ਵਾਲੀ ਗੱਲ ਇਹ ਆ ਕਿ ਪਿਆਜ਼ ਕਦੀ ਨਹੀਂ ਰੱਖਣੇ ਚਾਹੀਦੇ। ਜਦੋਂ ਨਾ ਪੇਪਰ ਦਬਾ ਕੇ ਰੱਖ ਲਿਆ ਉਹ ਵੀ ਨਹੀਂ ਰੱਖਣੇ ਚਾਹੀਦੇ। ਕਹਿੰਦੇ ਜਿਹੜਾ ਪਿਆਜ਼ ਇੰਨਾ ਸਟਰੋਂਗ ਆ ਕਿ ਇਹ ਸਾਰਾ ਖਿੱਚ ਲੈਂਦਾ ਵਾ ਕੈਮੀਕਲ ਆਪਣੇ 'ਚ ਲੈ ਲੈਂਦਾ। ਮੈਂ ਉਹ 'ਚ ਸਾਰਾ ਕੁਝ ਪਾਇਆ, ਥੋਮ ਮਿਰਚ ਸਾਰਾ ਕੁਝ ਪਾਤਾ। ਹਾਂਜੀ ਹੁਣ ਮੈਂ ਇਹਨੂੰ ਸੰਭਾਲਾਂ ਅਤੇ ਮੈਂ ਚਿਕਨ ਵੇਖਾਂ ਜਦ ਜਾਨੂ ਆਈ ਹੋ ਕੇ ਖੁਸ਼ ਹੋ ਜਾਏ ਮੇਰੇ ਬਣਾਏ ਚਿਕਨ 'ਤੇ, ਨਹੀਂ ਤਾਂ ਜਾਨੂ ਆਪੇ ਖੁਦ ਹੀ ਬਣਾਉਂਦੇ ਰਹੇ ਆ ਇੰਨਾ ਚਿਰ। ਥੋੜ੍ਹਾ ਜਿਹਾ ਹੀ ਚਿਕਨ ਵੀ ਮੈਂ ਥੋੜ੍ਹਾ ਜਿਹਾ ਬਣਾਇਆ ਜੋ ਪਿਆਰ ਵੇਖ ਅਤੇ ਬਾਅਦ 'ਚ ਕੁਝ ਖਾ ਲਈ ਹਾਂ। ਚਲੋ ਵੇਖੋ ਹੁਣ ਕੀ ਬਣਦਾ ਅਤੇ ਕੀ ਨਹੀਂ ਬਣਦਾ ਵੇਖਦੇ ਹਾਂ ਦੋਸਤੋ। ਅਤੇ ਹੋਰ ਤੁਸੀਂ ਸੁਣਾਓ ਤੁਹਾਡੀ ਕਿਵੇਂ ਆ ਕ੍ਰਿਸਮਿਸ ਸੀ, ਤੁਸੀਂ ਕੀ ਕੀਤਾ? ਤੁਹਾਨੂੰ ਪਤਾ ਮੈਂ ਕੱਲ੍ਹ ਨਾ ਆਲੂ ਵਾਲੇ ਪਰੌਂਠੇ ਆਪਣੇ ਬਣਾਉਣ ਲਈ ਖਾਣ ਲੱਗੀ ਹਾਂ। ਕੱਲ੍ਹ ਕੰਮ 'ਤੇ ਲੇਟ ਜਾਣਾ ਸੀ ਅਤੇ ਮੈਂ ਨਾ ਆਲੂ ਵਾਲੇ ਪਰੌਂਠੇ ਬਣਾਉਣ ਲੱਗ ਗਈ। ਫਿਰ ਮੈਂ ਕਿਹਾ ਚਲੋ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਅਤੇ ਮੈਂ ਉਹ ਵੀ ਬਣਾਈ, ਵੀਡੀਓ ਵੀ ਬਣਾਇਆ, ਪਰ ਵੀਡੀਓ ਕਿਤੇ ਮੇਰੀ ਬੋਡੀ ਕਿਤੇ ਮੈਂ ਕਿਤੇ ਮੈਂ ਇਕੱਲੀ ਹਾਂ ਘਰ ਪਾਈ ਨਹੀਂ ਹੈ। ਉੱਥੇ ਵਿਚਾਰੇ ਪਏ ਹੋਏ ਹਾਏ ਮਿੰਦਾ ਮੈਂ ਡਿਲੀਟ ਕਰ ਦਿੱਤਾ ਆਲੂ ਵਾਲੇ ਪਰੌਂਠੇ ਸੀ ਕਿ ਮੈਂ ਤੁਹਾਨੂੰ ਦਿਖਾਉਣਾ ਸੀ। ਮੈਂ ਉਹਨਾਂ 'ਚ ਸਾਰਾ ਕੁਛ ਪਾਇਆ ਸੀ ਅਮਚੂਰ ਜਿਸ ਓਕੇ ਦੋਸਤੋ ਤੁਹਾਡੀ ਅੱਜ ਵਾਲੀ ਸ਼ਾਮ ਬਹੁਤ ਬਿਊਟੀਫੁੱਲ ਹੋਵੇ, ਵੈਰੀ ਨਾਈਸ ਇਵਨਿੰਗ। ਅਤੇ ਕੱਲ੍ਹ ਕ੍ਰਿਸਮਿਸ ਵੀ ਤੁਹਾਡੀ ਬਹੁਤ ਸਾਰੀ ਵਧੀਆ ਹੋਵੇ, ਬਹੁਤ ਸਾਰੇ ਤੁਹਾਨੂੰ ਗਿਫਟ ਮਿਲਣ। ਇੰਜੋਏ ਕਰੋ ਆਪਣਾ ਦਿਨ, ਇੰਜੋਏ ਕਰੋ ਆਪਣੀ ਲਾਈਫ, ਲਵ ਯੂ, ਹਮੇਸ਼ਾ ਖੁਸ਼ ਰਹੋ, ਥੈਂਕ ਯੂ। ਅਤੇ ਮੈਂ ਸਰ ਤੁਹਾਨੂੰ ਦਿਖਾਉਣਾ ਸੀ, ਬਾਅਦ 'ਚ ਦਿਖਾਉਣੀ ਕਿਉਂਕਿ ਹੁਣ ਬਣੂੰਗਾ ਤਾਂ ਟਾਈਮ ਲੱਗੂਗਾ ਅਤੇ ਵੇਖ ਲਈ ਅੱਗੇ ਕਰਦੀ ਹਾਂ।